ਹੈਲੋ ਫਰੈਂਡਸ, ਮੈਂ ਹਾਂ ਰੁਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਆਪਣੀ ਸਪੀਕਿੰਗ ਦੀ ਕਲਾਸ ਹੈ ਜਿਸ ਦੇ ਵਿੱਚ ਮੈਂ ਤੁਹਾਨੂੰ ਕਿਊ ਕਾਰਡ ਕਰਵਾਉਂਗੀ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਵੀ ਜਿਹੜੀਆਂ ਆਪਣੀਆਂ ਔਨਲਾਈਨ ਪੇਡ ਕਲਾਸਿਸ ਚੱਲ ਰਹੀਆਂ ਨੇ ਉਹ ਪਹਿਲਾਂ ਸਿਰਫ ਗਰਲਸ ਦਾ ਹੀ ਬੈਚ ਸੀਗਾ, ਹੁਣ ਬੋਇਜ਼ ਦਾ ਬੈਚ ਵੀ ਜਿਹੜਾ ਸਟਾਰਟ ਹੋ ਰਿਹਾ ਹੈ। ਜੋ ਵੀ ਕੋਈ ਇੰਟਰਸਟਡ ਹੈ ਉਹ ਹੇਠਾਂ ਦਿੱਤੇ ਨੰਬਰ 'ਤੇ ਕਾਲ ਕਰਕੇ ਪੁੱਛ ਸਕਦਾ, ਕਿਉਂਕਿ ਪਹਿਲਾਂ ਬਹੁਤ ਸਾਰੇ ਬੋਇਜ਼ ਦੇ ਮੈਸੇਜਿਸ ਫੋਨ ਆਏ ਸੀ, ਉਸ ਟਾਈਮ ਹਾਲੇ ਅਸੀਂ ਬੈਚ ਸਟਾਰਟ ਨਹੀਂ ਸੀ ਕੀਤਾ। ਸੋ ਜੋ ਵੀ ਇੰਟਰਸਟਡ ਹੈ ਨੀਚੇ ਦਿੱਤੇ ਨੰਬਰ 'ਤੇ ਕਾਲ ਕਰਕੇ ਸਾਨੂੰ ਕੰਟੈਕਟ ਕਰ ਸਕਦਾ, ਠੀਕ ਹੈ ਫਰੈਂਡਸ। ਅਤੇ ਤੁਹਾਡਾ ਇੱਕ ਹੋਰ ਡਾਊਟ ਹੈ, ਤੁਸੀਂ ਸਭ ਕਹਿ ਰਹੇ ਹੋ ਵੀ ਪਾਰਟ 3 ਦੇ ਫੋਲੋਅਪ ਕੁਸ਼ਚਨਸ ਕਰਾਏ ਜਾਣ। ਜਦੋਂ ਆਪਣੇ 10 ਕਿਊ ਕਾਰਡ ਹੋ ਗਏ ਤਾਂ ਮੈਂ ਇਹਨਾਂ 10 ਕਿਊ ਕਾਰਡਸ 'ਤੇ ਇਕੱਠੇ ਹੀ ਇੱਕ ਦਿਨ ਦੀ ਵੀਡੀਓ ਦੇ ਵਿੱਚ ਸਾਰੇ ਕੁਸ਼ਚਨਸ ਕਵਰ ਕਰੂੰਗੀ ਇਹਨਾਂ 10 ਕਿਊ ਕਾਰਡਸ ਦੇ ਨਾਲ। ਉੱਤੇ ਮੈਂ ਦੱਸ ਦੂੰਗੀ ਵੀ ਇਹ ਵਾਲੇ ਕਿਊ ਕਾਰਡ ਅਤੇ ਇਹ ਵਾਲੇ ਫੋਲੋਅਪਸ ਕੁਸ਼ਚਨ ਨੇ, ਠੀਕ ਹੈ ਫਰੈਂਡਸ। ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਕੁਸ਼ਚਨ ਹੈ ਜੀ, ਡਿਸਕ੍ਰਾਈਬ ਅ ਕਨਵਰਸੇਸ਼ਨ ਟੋਪਿਕ ਯੂ ਵਰ ਨੋਟ ਇੰਟਰਸਟਡ ਇਨ। ਕਹਿੰਦੇ ਇੱਦਾਂ ਦਾ ਕੋਈ ਲਾਈਕ ਕਨਵਰਸੇਸ਼ਨ ਚੱਲ ਰਹੀ ਸੀ, ਕਨਵਰਸੇਸ਼ਨ ਕੋਈ ਟੋਪਿਕ ਸੀਗਾ, ਕਿਸੇ ਨੇ ਲਾਈਕ ਦੋ ਪਰਸਨ ਕਿਸੇ ਕਨਵਰਸੇਸ਼ਨ ਕਰ ਰਹੇ ਸੀ ਕਿਸੇ ਟੋਪਿਕ 'ਤੇ, ਅਤੇ ਤੁਸੀਂ ਉਸਦੇ ਵਿੱਚ ਇੰਟਰਸਟਡ ਨਹੀਂ ਸੀਗੇ। ਹੂ ਯੂ ਟੋਕਡ ਵਿਦ, ਕਾਹਦੇ ਰਿਗਾਰਡਿੰਗ ਟੋਕ ਕਰ ਰਹੇ ਸੀਗੇ। ਹੂਮ ਯੂ ਹੈਡ ਦਾ ਕਨਵਰਸੇਸ਼ਨ, ਕਿਹਦੇ ਨਾਲ ਤੁਸੀਂ ਲਾਈਕ ਕਨਵਰਸੇਸ਼ਨ ਕਰ ਰਹੇ ਸੀ, ਐਂਡ whom you had the conversation, ਮਤਲਬ ਕਿ ਕਿਹਦੇ ਨਾਲ ਜਾਂ ਕੋਈ ਹੋਰ ਪਰਸਨ ਟੋਕ ਕਰ ਰਿਹਾ ਸੀ, ਅਤੇ ਤੁਸੀਂ ਵੀ ਉੱਥੇ ਲਾਈਕ ਉਹਨਾਂ ਦੇ ਨਾਲ ਹੀ ਥੋੜ੍ਹਾ ਜਿਹਾ, ਜਿਵੇਂ ਕਈ ਵਾਰ ਹੁੰਦਾ ਨਾ ਦੋ ਪਰਸਨ ਖੜੇ ਹੁੰਦੇ ਕੋਈ ਕਨਵਰਸੇਸ਼ਨ ਚੱਲ ਰਹੀ ਹੈ, ਬਟ ਆਪਾਂ ਇੰਟਰਸਟਡ ਨਹੀਂ ਹੈਗੇ, ਬਟ ਫਿਰ ਵੀ ਆਪਾਂ ਨੂੰ ਸੁਣਨਾ ਪੈਂਦਾ ਜਾਂ ਹੁੰਗਾਰਾ ਭਰਨਾ ਪੈਂਦਾ। ਥਰਡ ਕੁਸ਼ਚਨ ਹੈ ਵਟ ਦਾ ਟੋਪਿਕ ਵਾਸ, ਟੋਪਿਕ ਕਿਹੜਾ ਸੀ, ਕਿਸ 'ਤੇ ਚੱਲ ਰਹੀ ਸੀ ਜਿਹੜੀ ਕਨਵਰਸੇਸ਼ਨ ਸੀ। ਐਕਸਪਲੇਨ ਵਾਈ ਯੂ ਵਰ ਨੋਟ ਇੰਟਰਸਟਡ, ਅਤੇ ਐਕਸਪਲੇਨ ਕਰਨਾ ਤੁਸੀਂ ਕਿਉਂ ਨਹੀਂ ਸੀ ਇੰਟਰਸਟਡ। ਹੁਣ ਤੁਸੀਂ ਕੀ ਕਰਨਾ, ਪਹਿਲਾਂ ਤਾਂ ਆਹ ਵਾਲੇ ਟੋਪਿਕ ਦੀ ਇੰਟਰੋਡਕਸ਼ਨ ਦੇਣੀ ਹੈ ਥੋੜ੍ਹੀ ਜਿਹੀ, ਠੀਕ ਹੈ, 3 ਤੋਂ 4 ਲਾਈਨਾਂ ਦੇ ਵਿੱਚ। ਫਿਰ ਤੁਸੀਂ ਸਾਰੇ ਕੁਸ਼ਚਨਸ ਕਵਰ ਕਰਨੇ ਹੁੰਦੇ ਆ, ਇਹ ਨਹੀਂ ਵੀ ਸਿਰਫ ਬਸ ਸਾਨੂੰ ਕਨਵਰਸੇਸ਼ਨ 'ਤੇ ਮਿਲ ਗਿਆ ਟੋਪਿਕ, ਆਪਾਂ ਕਨਵਰਸੇਸ਼ਨ 'ਤੇ ਬੋਲਣ ਲੱਗ ਜਾਓ, ਨਹੀਂ, ਇਹ ਸਾਰੇ ਕੁਸ਼ਚਨ ਆਪਾਂ ਨੇ ਕਵਰ ਕਰਨੇ ਵਿੱਚ। ਸੋ ਆਪਾਂ ਕਿਵੇਂ ਸਟਾਰਟ ਕਰ ਸਕਦੇ ਹਾਂ, ਵੈਲ ਆਈ ਇੰਡਲਜ ਮਾਈਸੈਲਫ ਇਨ ਦਾ ਕਨਵਰਸੇਸ਼ਨ ਵਿੱਚ ਆਈ ਫਾਈਂਡ ਕੁਆਇਟ ਇੰਟਰਸਟਿੰਗ ਐਂਡ ਇੰਪੋਰਟੈਂਟ। ਕਹਿੰਦੇ ਮੈਂ ਆਪਣੇ ਆਪ ਨੂੰ ਉਹਦੇ ਵਿੱਚ ਇਨਵੋਲਵ ਕਰ ਲੈਂਦਾ ਜਿਹੜੀ ਕੋਈ ਕਨਵਰਸੇਸ਼ਨ ਕੋਈ ਗੱਲਬਾਤ ਹੈ ਨਾ, ਜਾਂ ਕਹਿੰਦੇ ਮੈਨੂੰ ਵਧੀਆ ਲੱਗਦੀ ਹੈ ਜਾਂ ਇੰਪੋਰਟੈਂਟ ਹੁੰਦੀ ਹੈ। ਹਾਊਐਵਰ ਦੇਅਰ ਆਰ ਸਮ ਇੰਸੀਡੈਂਟਸ ਵੈਨ ਆਈ ਗੋਟ ਬੋਰਡ ਵਾਈਲ ਹੈਵਿੰਗ ਅ ਕਨਵਰਸੇਸ਼ਨ ਵਿਦ ਅਦਰਸ। ਕਹਿੰਦੇ ਬਟ ਕਈ ਇੱਦਾਂ ਦੇ ਇੰਸੀਡੈਂਟ ਹੋ ਜਾਂਦੇ ਨੇ, ਇੱਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਦੋਂ ਮੈਂ ਬੋਰ ਹੋ ਜਾਂਦਾ ਕੁਛ ਕਨਵਰਸੇਸ਼ਨ ਹੋਰਾਂ ਦੇ ਨਾਲ ਕਨਵਰਸੇਸ਼ਨ ਕਰਨ, ਲਾਈਕ ਤੁਸੀਂ ਉਸਨੂੰ ਨਾ ਜਾਣਦੇ ਹੋ ਤਾਂ ਇਸ ਪਰਸਨ ਨਾਲ ਉਸ ਤਰ੍ਹਾਂ ਦੇ ਪਰਸਨ ਨਾਲ ਤੁਹਾਨੂੰ ਕਨਵਰਸੇਸ਼ਨ ਕਰਨੀ ਪਵੇ, ਉਹ ਵੀ ਤੁਹਾਡੇ ਲਈ ਕੀ ਹੋਊਗਾ, ਬੋਰਿੰਗ ਹੀ ਹੋਊਗਾ। ਹੇਅਰ ਆਈ ਵੁੱਡ ਲਾਈਕ ਟੂ ਸ਼ੇਅਰ ਵਨ ਸੱਚ ਇੰਸੀਡੈਂਟ ਵਿੱਚ ਹੈਪਨ ਕਪਲ ਆਫ ਮੰਥਸ ਅਗੋ। ਕਹਿੰਦੇ ਹੁਣ ਮੈਂ ਇੱਥੇ ਤੁਹਾਡੇ ਨਾਲ ਉਹ ਇੰਸੀਡੈਂਟ ਸ਼ੇਅਰ ਕਰਨ ਜਾ ਰਹੀ ਹਾਂ ਜੋ ਕਿ ਕੁਝ ਕੁ ਮਹੀਨੇ, ਕਪਲ ਆਫ ਮੰਥਸ ਮਤਲਬ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਐਕਚੁਅਲੀ। ਸੋ ਆਪਾਂ ਇਹਨੂੰ ਹੁਣ ਦੇਖਦੇ ਹਾਂ ਹੋਰ ਇਹਦੇ ਵਿੱਚ ਕਿਹੜੇ ਕਿਹੜੇ ਆਈਡੀਆਸ ਲਿਖ ਸਕਦੇ ਹਾਂ। ਓਕੇ, ਨੈਕਸਟ ਦੇਖਦੇ ਹਾਂ ਹੁਣ ਇਹਦੇ ਵਿੱਚ ਆਪਾਂ ਹੋਰ ਕੀ ਐਡ ਕਰ ਸਕਦੇ ਹਾਂ। ਇਟ ਵਾਜ਼ ਮਾਈ ਮਦਰਸ ਫਰੈਂਡ ਇਨਵਾਈਟਿਡ ਹਰ ਓਵਰ ਫੋਰ ਆ ਪਾਰਟੀ। ਕਹਿੰਦੇ ਮੇਰੇ ਮਦਰ ਦੇ ਫਰੈਂਡ ਨੇ ਕੀ ਕੀਤਾ ਸੀ, ਸਾਨੂੰ ਇਨਵਾਈਟ ਕੀਤਾ ਸੀ ਪਾਰਟੀ ਦੇ ਲਈ ਐਟ ਮਾਈ ਮਦਰ ਇਨਸਿਸਟੈਂਸ। ਕਹਿੰਦੇ ਮੇਰੇ ਮਦਰ ਦੇ ਇਨਸਿਸਟੈਂਸ ਕਰਕੇ, ਲਾਈਕ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇਨਸਿਸਟ ਕੀਤਾ ਵੀ ਜਾਣ ਦੇ ਲਈ, ਆਈ ਗੋਟ ਰੈਡੀ ਟੂ ਗੋ ਵਿਦ ਹਰ। ਕਹਿੰਦੇ ਮੈਂ ਫਿਰ ਰੈਡੀ ਹੋ ਗਈ, ਠੀਕ ਹੈ, ਆਈ ਮੇਡ ਅਪ ਮਾਈ ਮਾਇੰਡ ਟੂ ਟੇਕ ਮਾਈ ਫਰੈਂਡ ਵਿਦ ਮੀ ਟੂ ਦਾ ਪਾਰਟੀ। ਕਹਿੰਦੇ ਮੈਂ ਆਪਣੇ ਦਿਮਾਗ 'ਚ ਸੋਚਿਆ, ਮੈਂ ਪਲਾਨ ਬਣਾਇਆ ਕਿ ਮੈਂ ਆਪਣੇ ਫਰੈਂਡ ਨੂੰ ਉਸ ਪਾਰਟੀ 'ਚ ਨਾਲ ਲੈ ਜੂ, ਕਿਉਂਕਿ ਉੱਥੇ ਕਿਹੜੇ ਮੈਨੂੰ ਕੋਈ ਜਾਣਦਾ ਹੋ। ਬਟ ਅਨਫੋਰਚੁਨੇਟਲੀ ਹੀ ਡਿਡ ਨਾਟ, ਔਰ ਹੀ ਔਰ ਸ਼ੀ, ਤੁਸੀਂ ਕੋਈ ਵੀ ਇੱਥੇ ਯੂਜ਼ ਕਰ ਸਕਦੇ ਹੋ, ਹੀ ਔਰ ਸ਼ੀ ਡਿਡ ਨਾਟ ਪਿੱਕ ਮਾਈ ਫੋਨ। ਉਹਨਾਂ ਨੇ ਕਹਿੰਦੇ ਮੇਰਾ ਫੋਨ ਨਹੀਂ ਪਿੱਕ ਕੀਤਾ, ਸੋ ਆਈ ਹੈਡ ਟੂ ਗੋ ਅਲੋਨ, ਮੈਨੂੰ ਇਕੱਲੇ ਨੂੰ ਹੀ ਜਾਣਾ ਪਿਆ। ਮਾਈ ਮਦਰ ਐਟ ਦਾ ਪਾਰਟੀ, ਮੇਰੇ ਮਦਰ ਪਾਰਟੀ ਦੇ ਵਿੱਚ ਕੀ ਕਰ ਰਹੇ ਸੀ, ਇੰਟਰੋਡਿਊਸ ਮੀ ਵਿਦ ਸਮ ਆਫ ਹਰ ਫਰੈਂਡਸ, ਉਹ ਮੈਨੂੰ ਆਪਣੇ ਫਰੈਂਡਸ ਦੇ ਨਾਲ ਮੇਰੀ ਇੰਟਰੋਡਕਸ਼ਨ ਕਰਾ ਰਹੇ ਸੀ ਆਫਟਰ ਹੈਵਿੰਗ ਲੰਚ। ਕਹਿੰਦੇ ਲੰਚ ਤੋਂ ਬਾਅਦ ਅਸੀਂ ਵੀ ਆਲ ਸੈਟ ਟੂਗੈਦਰ, ਅਸੀਂ ਦੋਨੇ ਮਤਲਬ ਕਿ ਸੋਰੀ ਦੋਨੇ ਨਹੀਂ ਸਾਰੇ ਇਕੱਠੇ ਬੈਠ ਗਏ। ਦੇਅਰ ਵਰਡ ਸਮ ਸੀਨੀਅਰ ਸਿਟੀਜ਼ਨਸ ਹੂ ਸਟਾਰਟਿਡ ਜਾਂ ਕਮੈਂਸਡ ਵੀ ਲਿਖ ਸਕਦੇ ਹੋ ਵਰਡ ਦ ਟੋਪਿਕ ਆਫ ਐਜੂਕੇਸ਼ਨ ਲੈਵਲ ਐਂਡ ਐਂਡ ਅਪ ਵਿਦ ਲੋਂਗ ਸਪੀਚ। ਕਹਿੰਦੇ ਉੱਥੇ ਕੁਝ ਸੀਨੀਅਰ ਸਿਟੀਜ਼ਨ ਨੇ ਜਿਹੜਾ ਟੋਪਿਕ ਸੀ ਐਜੂਕੇਸ਼ਨ ਲੈਵਲ 'ਤੇ ਸਟਾਰਟ ਕਰ ਲਿਆ ਅਤੇ ਬਹੁਤ ਲੋਂਗ ਸਪੀਚ ਗਈ ਅਨਡਾਊਟਡਲੀ। ਕਹਿੰਦੇ ਬਿਨਾਂ ਕਿਸੇ ਸ਼ੱਕ ਤੋਂ ਦਿਸ ਕਨਵਰਸੇਸ਼ਨ ਹੈਜ਼ ਇਟਸ ਇੰਪੋਰਟੈਂਸ ਬਟ ਆਈ ਵਾਜ਼ ਰੀਅਲੀ ਬੋਰਡ ਵਿਦ ਦਾ ਕਨਵਰਸੇਸ਼ਨ। ਕਹਿੰਦੇ ਮੈਨੂੰ ਨੋ ਡਾਊਟ, ਇਹ ਕੋਈ ਸ਼ੱਕ ਨਹੀਂ ਸੀ ਵੀ ਇਹ ਕਨਵਰਸੇਸ਼ਨ ਇੰਪੋਰਟੈਂਟ ਸੀ, ਬਟ ਫਿਰ ਵੀ ਕਹਿੰਦੇ ਮੈਂ ਬਹੁਤ ਜ਼ਿਆਦਾ ਬੋਰ ਹੋਈ ਇਹ ਕਨਵਰਸੇਸ਼ਨ ਸੁਣ ਕੇ। ਸੋ ਅੱਗੇ ਇਹਦੇ ਵਿੱਚ ਹੋਰ ਪੁਆਇੰਟਸ ਐਡ ਕਰਦੇ ਹਾਂ ਹੁਣ।
because I was unfamiliar to everyone. ਕਾਂ ਕਰਕੇ ਕਹਿੰਦੇ ਮੈਂ ਬੋਰ ਹੋ ਗਈ ਕਿਉਂਕਿ ਮੈਂ unfamiliar ਸੀ, ਮੈਂ ਨਹੀਂ ਜਾਣਦੀ ਸੀ ਉੱਥੇ. ਠੀਕ ਹੈ, unfamiliar familiar ਹੁੰਦਾ ਜਦੋਂ ਇੱਕ ਦੂਜੇ ਨੂੰ ਜਾਣਦੇ ਹੋਈਏ. I thought it would be rude. ਕਹਿੰਦੇ ਮੇਰੇ ਅਕੋਰਡਿੰਗ ਇਹ ਰਿਊਡ ਹੁੰਦਾ ਜੇ ਮੈਂ ਉਹ ਕਨਵਰਸੇਸ਼ਨ ਅੱਧ ਵਿਚਾਲੇ ਛੱਡ ਕੇ ਜਾਂਦੀ. ਇਫ ਆਈ ਵਾਕ ਅਵੇ ਇਨ ਬਿਟਵੀਨ ਦੈਟ ਕਨਵਰਸੇਸ਼ਨ. ਸਿੰਸ ਆਲ ਦਾ ਮੈਂਬਰਸ ਵਰ ਸੀਨੀਅਰ ਸਿਟੀਜ਼ਨ ਐਕਸੈਪਟ ਮੀ, ਕਿਉਂਕਿ ਸਾਰੇ ਹੀ ਜਿਹੜੇ ਮੈਂਬਰ ਸੀਗੇ ਉਹ ਕੌਣ ਸੀ, ਸੀਨੀਅਰ ਸਿਟੀਜ਼ਨ ਸੀ, ਸਿਰਫ ਮੈਂ ਹੀ ਯੰਗਸਟਰ ਸੀ ਉੱਥੇ. ਦੈਟ ਕਨਵਰਸੇਸ਼ਨ ਲਾਸਟਡ ਫੋਰ ਆਲਮੋਸਟ 2 hours. ਕਹਿੰਦੇ ਇਹ ਕਨਵਰਸੇਸ਼ਨ 2 ਘੰਟੇ ਤੱਕ ਚੱਲੀ ਐਂਡ ਆਈ ਫੈਲਟ ਇਰੀਟੇਟਡ. ਕਹਿੰਦੇ ਮੈਂ ਬਹੁਤ ਇਰੀਟੇਟ ਫੀਲ ਕੀਤਾ. ਸੋ ਦਿਸ ਵਾਜ ਦਾ ਟੋਪਿਕ ਆਫ ਕਨਵਰਸੇਸ਼ਨ ਇਨ ਵਿੱਚ ਆਈ ਵਾਜ ਨੋਟ ਅ ਬਿਟ ਇੰਟਰਸਟਡ. ਸੋ ਇਹ ਕਹਿੰਦੇ ਇੱਕ ਟੋਪਿਕ ਸੀ ਜਿਹਦੇ ਵਿੱਚ ਮੈਂ ਬਿਲਕੁਲ ਵੀ ਇੰਟਰਸਟਡ ਨਹੀਂ ਸੀ ਅਤੇ ਮੈਨੂੰ ਉੱਥੇ ਖੜ੍ਹਨਾ ਪਿਆ. ਸੋ ਇੱਦਾਂ ਤੁਸੀਂ ਇਹਨੂੰ ਆਪਣਾ ਡਿਟੇਲ 'ਚ ਐਕਸਪਲੇਨ ਕਰ ਸਕਦੇ ਹੋ. ਠੀਕ ਹੈ ਫਰੈਂਡਸ, ਵੈਸੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੀ ਇਹਨਾਂ ਦੇ ਜਿਹੜੇ ਫੋਲੋਅਪਸ ਕੁਐਸਚਨ ਨੇ ਉਹ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੀ ਮਿਲ ਜਾਣਗੇ. ਓਕੇ ਫਰੈਂਡਸ, ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ. ਜੋ ਵੀ ਮੇਰੇ ਚੈਨਲ 'ਤੇ ਨਿਊ ਹੈ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ 'ਤੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ. ਓਕੇ ਫਰੈਂਡਸ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ. ਬਾਏ, ਟੇਕ ਕੇਅਰ.